ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਛੋਟੀ ਮੋਟੀ ਗੱਲ 'ਤੇ ਬੰਦਾ ਮਾਰਨਾ ਇੱਕ ਆਮ ਗੱਲ ਹੋ ਗਈ ਹੈ। ਜੀ ਹਾਂ, ਇਹ ਘਟਨਾ ਅੰਮ੍ਰਿਤਸਰ ਦੀ ਹੈ ਜੋ ਕਿ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਹੈ। ਉੱਥੇ ਚਾਟੀਵਿੰਡ ਲੇਲ ਦਾ ਰਹਿਣ ਵਾਲਾ ਲਗਭਗ 22 ਸਾਲ ਦਾ ਇੱਕ ਨੌਜਵਾਨ ਹਰਮਨਦੀਪ ਸਿੰਘ ਜੋ ਕਿ ਦਰਬਾਰ ਸਾਹਿਬ ਨੂੰ ਜਾ ਰਿਹਾ ਸੀ, ਉੱਥੇ ਕੁਛ ਨਿਹੰਗ ਸਿੰਘਾਂ ਨਾਲ ਉਹਦਾ ਕਿਸੇ ਗੱਲ ਤੋਂ ਤਕਰਾਰ ਹੋ ਜਾਂਦਾ ਹੈ ਅਤੇ ਦੋਵਾਂ ਵਿੱਚ ਝੜਪ ਹੁੰਦੀ ਹੈ ਅਤੇ ਉਹ ਝੜਪ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਨਿਹੰਗ ਸਿੰਘਾਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਉਸ ਨੌਜਵਾਨ ਹਰਮਨਜੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜਦ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮ੍ਰਿਤਕ ਹਰਮਨਜੀਤ ਸਿੰਘ ਦੀ ਮਾਤਾ ਵੱਲੋਂ ਦੱਸਿਆ ਗਿਆ ਕਿ ਕਿਸੇ ਵਿਅਕਤੀ ਨੇ ਰਾਤ ਨੂੰ ਫੋਨ ਕਰਕੇ ਉਸ ਨੂੰ ਘਰੋਂ ਸੱਦਿਆ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਅਤੇ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆ ਕਿਹਾ ਹੈ ਕਿ ਉਸ ਵਿਅਕਤੀ ਦਾ ਪਤਾ ਲਗਾਇਆ ਜਾਵੇ ਜਿਸ ਵਿਅਕਤੀ ਨੇ ਫੋਨ ਕਰਕੇ ਸੱਦਿਆ ਸੀ ਅਤੇ ਮੇਰੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ। ਹਾਜ਼ਰੀ ਲੱਗਦੀ ਆ, ਅਸੀਂ ਮਕਾਨ ਵੇਚਿਆ ਆਪਣੇ ਪੁੱਤ ਨੂੰ ਬਾਹਰ ਕਢਾਉਣ ਵਾਸਤੇ, ਇੱਥੇ ਸ਼ਹਿਰ ਕਿਸੇ ਨੇ ਫੋਨ ਕਰਕੇ ਸੱਦਿਆ ਵਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਚਾਟੀਵਿੰਡ ਦੇ ਰਹਿਣ ਵਾਲੇ। ਤੇ ਬੇਟੇ ਤੁਹਾਡਾ ਕੀ ਨਾਮ ਸੀ? ਹਰਮਨਜੀਤ ਸਿੰਘ। ਕੀ ਕੰਮ ਕਰਦਾ ਸੀ ਉਹ? ਦਾਲ ਵਾਲੀ ਫੈਕਟਰੀ 'ਚ ਲੱਗਾ ਸੀ। ਬਾਹਰ ਦਾ ਵੀਜ਼ਾ ਵੀ ਆਇਆ ਵਾ। ਕਿੱਦਾਂ ਗੋਲੀ ਵੱਜੀ ਹੈ ਤੁਹਾਨੂੰ ਪਤਾ ਵੀ ਕਿਵੇਂ? ਕੋਈ ਪਤਾ ਨਹੀਂ, ਮੈਂ ਤੇ ਆਖਿਆ ਵੀ ਜਿਹੜੇ ਯਾਰ ਦੋਸਤ ਉਹਨਾਂ ਦੇ ਨਾਲ ਆ ਤੇ ਘਰੇ ਹੀ ਹੁਣ ਇੱਥੇ ਹੀ ਉਹਨਾਂ ਦੇ ਘਰ ਸੌਂ ਗਿਆ ਵਾ। ਸਵੇਰੇ ਅਸੀਂ ਫੋਨ ਕੀਤਾ ਵਾ, ਭਾਜੀ ਨੇ ਚੁੱਕਿਆ ਵਾ, ਉਹਨਾਂ ਕਿਹਾ ਤੁਸੀਂ ਕਿੱਥੋਂ ਬੋਲਦੇ ਜੇ। ਅਸੀਂ ਰੇਤ ਬਾਰੇ ਫੋਨ ਲਾਇਆ, 3-4 ਵਾਰੀ ਫੋਨ ਲਾਇਆ, ਉਹਨਾਂ ਨਹੀਂ ਚੁੱਕਿਆ। ਫਿਰ ਉਹਨਾਂ ਨੇ ਚੁੱਕਿਆ ਵਾ ਤੇ ਉਹਨਾਂ ਨੇ ਕਿਹਾ ਵੀ ਹਰਮਨਜੀਤ ਸਿੰਘ ਦੀ ਡੈਥ ਹੋ ਗਈ ਆ। ਅਸੀਂ ਆਏ ਹਾਂ, ਸਾਨੂੰ ਪਤਾ ਲੱਗਾ ਵਾ, ਸਾਨੂੰ ਕਿਸੇ ਗੱਲ ਦਾ ਨਹੀਂ ਜੇ ਪਤਾ, ਕੋਈ ਵੈਰ ਦੁਸ਼ਮਣੀ ਨਹੀਂ ਸਾਡੀ ਉਹਨਾਂ ਦੇ ਨਾਲ ਹੈਗੀ। ਇਹ ਪਤਾ ਕਰੋ ਕਿ ਫੋਨ ਕੀਤਾ ਕਿਹਨੇ, ਕਿਉਂ ਸੱਦਿਆ ਵਾ, ਸਾਡੇ ਬੱਚੇ ਦਾ ਮੂੰਹ ਲੱਭਣਾ ਚਾਹੀਦਾ। ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਹਾਂਜੀ, ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਤਾਂ ਸਾਨੂੰ ਕੋਈ ਅਜਿਹਾ, ਮੈਂ ਤੇ ਹੁਣ ਇਹ ਅਜਿਹਾ ਕੋਈ ਪਤਾ ਨਹੀਂ ਜੇ ਕੀ ਕਰ ਰਹੀ ਹੈ। ਤੁਸੀਂ ਹੁਣ ਕੀ ਮੰਗ ਕਰਦੇ ਹੋ ਪੁਲਿਸ ਤੋਂ? ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਦੇ ਕਾਤਲ ਜਿਹੜੇ ਆ ਸਾਡੀਆਂ ਅੱਖਾਂ ਸਾਹਮਣੇ ਹੋਣੇ ਚਾਹੀਦੇ ਆ, ਉਹ ਦੱਸਣ ਵੀ ਕਿਹੜੀ ਗੱਲੋਂ ਮਾਰਿਆ। ਕਿਹੜੀ ਫੈਕਟਰੀ 'ਚ ਕੰਮ ਕਰਦਾ ਸੀ? ਦਾਲ ਵਾਲੀ। ਕਿੱਥੇ? ਸਤਨਾਮ ਸਾਹਿਬ। ਅੰਮ੍ਰਿਤਸਰ ਸੱਦਿਆ ਗਿਆ ਉਹਨੂੰ ਕਿਤੇ? ਹਾਂਜੀ, ਸੱਦਿਆ ਗਿਆ ਅੰਮ੍ਰਿਤਸਰ। ਧੰਨਵਾਦ।